ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਸਵਰਨ ਸਿੰਘ ਟੈਣਾ ਤੁਸੀਂ ਦੇਖ ਰਹੇ ਹੋ ਪ੍ਰਾਈਮ ਅੰਸ਼ਾ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵਾਲ ਜਾਣ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਹੀ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਪੰਜਾਬ ਦੇ ਵਿੱਚ ਗਰਮੀ ਰਹੀ ਹੈ ਲਗਭਗ 43 ਡਿਗਰੀ ਤੱਕ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤਾਪਮਾਨ ਦਰਜ ਕੀਤਾ ਗਿਆ ਹਾਲਾਂਕਿ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਦੋ ਤਿੰਨ ਦਿਨਾਂ ਤੱਕ ਪੰਜਾਬ ਦੇ ਵਿੱਚ ਮੌਨਸੂਨ ਪਾਉਣਾ ਨੇ ਪੈਰ ਧਰ ਲੈਣਾ ਆ ਜਾਣਾ ਪਰ ਵਕਤ ਨੂੰ ਸੁਗਭ ਭਾਈ ਉਹ ਪਾਉਣਾ ਆਉਂਦੀਆਂ ਜਾਂ ਰਾਹ ਦੇ ਵਿੱਚ ਕਿਤੇ ਰੁਕਦੀਆਂ ਜੇ ਆਉਂਦੀਆਂ ਤਾਂ ਕਿੰਨਾ ਕਮੀ ਵਰਦਾ ਪਰ ਕਹਿੰਦੇ ਆ ਵੀ ਇਤਕੀ ਜੁਲਾਈ ਦਾ ਮਹੀਨਾ ਖਾਸੇ ਮੀ ਵਾਲਾ ਹੋਣਾ ਪਿਛਲੇ ਕਈ ਵਾਰਾਂ ਦੇ ਮੁਕਾਬਲ ਤਨ ਮੰਨਿਆ ਜਾ ਰਿਹਾ ਵੀ ਇਤਕੀ ਜੁਲਾਈ ਦੇ ਮਹੀਨੇ ਦੇ ਵਿੱਚ ਜ਼ਿਆਦਾ ਮੀ ਪੈਣਾ ਤੇ ਜੇਕਰ ਜ਼ਿਆਦਾ ਮੀ ਪੈਣਾ ਤੇ ਫਿਰ ਜ਼ਿਆਦਾ ਹੀ ਬੰਨ ਟੁੱਟਣ ਦਾ ਖਤਰਾ ਬਣੂਗਾ ਜੇਕਰ ਜ਼ਿਆਦਾ ਹੀ ਬੰਨ ਟੁੱਟਣ ਦਾ ਖਤਰਾ ਬਣਿਆ ਤੇ ਮਤਲਬ ਇਹ ਆ ਕਿ ਜ਼ਿਆਦਾ ਹੀ ਨੁਕਸਾਨ ਹੋਊਗਾ ਫਸਲਾਂ ਦਾ ਤੇ ਘਰਾਂ ਦਾ ਸੋ ਇਸ ਕਰਕੇ ਅਗਾਊਂ ਪ੍ਰਬੰਧ ਸਰਕਾਰ ਇਹ ਗੱਲ ਕਹਿ ਰਹੀ ਅਸੀਂ ਕੀਤੇ ਹਨ ਜਾਂ ਕਰ ਰਹੇ ਹਾਂ ਉਹ ਸਮਾਂ ਦੱਸੂਗਾ ਭਾਈ ਕਿਹੋ ਜੇ ਅਗਾਊਂ ਪ੍ਰਬੰਧ ਹੋਏ ਆ ਪਰ ਗਰਮੀਆਂ ਜਿਹੜੀ ਉਹਨੇ ਇਤਕੀ ਵੱਟ ਕੱਢੇ ਆ ਤੇ ਗਰਮੀ ਹਾਲੇ ਵੀ ਪੈ ਰਹੀ ਆ ਤੇ ਜੇਕਰ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਹਨ ਤਾਂ ਉਸ ਤੋਂ ਬਾਅਦ ਫਿਰ ਕਿੰਨਾ ਕੁ ਫਰਕ ਪਾਊਗਾ ਗਰਮੀ ਨੂੰ ਇਹ ਤਾਂ ਆਉਣ ਵਾਲਾ ਵਕਤ ਦੱਸੂਗਾ ਪਰ ਮੇਰੀ ਇੱਕ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਅਸੀਂ ਕੱਲ ਵੀ ਇਹ ਗੱਲ ਕੀਤੀ ਸੀ ਅੱਜ ਵੀ ਇਹ ਗੱਲ ਹੱਥ ਜੋੜ ਕੇ ਕਰਦੇ ਆ ਬਿਜਲੀ ਮੁਫਤ ਦੇ ਵਿੱਚ ਆ ਖੇਤਾਂ ਵਾਲੀ ਯਾਨੀ ਕਿ ਮੋਟਰਾਂ ਵਾਲੀ ਪਰ ਇਸ ਵੇਲੇ ਆਪਾਂ ਪਾਣੀ ਦੀ ਕਦਰ ਕਰਨੀ ਵੀ ਸ਼ੁਰੂ ਕਰ ਗਏ ਹਾਲਾਂਕਿ ਸਾਡੇ ਕੋਲੇ ਬਹੁਤ ਸਾਰੇ ਕਾਰਨ ਆ ਸਾਡੇ ਕੋਲੇ ਬਹੁਤ ਸਾਰੇ ਤਰਕ ਆ ਉਹਦੇ ਵਿੱਚ ਇੱਕ ਵੱਡਾ ਤਰਕ ਇਹ ਆ ਕਿ ਜੇਕਰ ਸਰਕਾਰ ਬਦਲਵੀਆਂ ਫਸਲਾਂ ਦੇ ਉੱਤੇ ਐਮਐਸਪੀ ਦੇਵੇ ਜੇਕਰ ਸਰਕਾਰ ਬਦਲੇ ਫਸਲੀ ਚੱਕਰ ਦੇ ਬਰ ਖਿਆਰ ਦੇਵੇ ਤਾਂ ਫਿਰ ਉਸ ਖਿਆਲ ਦੇ ਵੱਲ ਅਸੀਂ ਵੀ ਖਿਆਲ ਕਰਗੇ ਪਰ ਜਿਸ ਤਰੀਕੇ ਦੇ ਨਾਲ ਝੋਨਾ ਲੱਗ ਰਿਹਾ ਉਹ ਤਾਂ ਮੰਨਿਆ ਵੀ ਪਾਈ ਪਾਣੀ ਦੀ ਲੋੜ ਆ ਤੇ ਪਾਣੀ ਕਰਕੇ ਲੱਗ ਰਿਹਾ ਪਰ ਜਿੱਥੇ ਹਾਲੇ ਝੋਨਾ ਨਹੀਂ ਵੀ ਲੱਗ ਰਿਹਾ ਜਿੱਥੇ ਹਾਲੇ ਪਨੀਰੀ ਛੋਟੀ ਵੀ ਆ ਤੇ ਪਿਛਲੇ ਕਈ ਕਈ ਹਫ਼ਤਿਆਂ ਤੋਂ ਲਗਾਤਾਰ ਉਥੇ ਵੀ ਲਗਾਤਾਰ 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 ਹੀ ਮੋਟਰਾਂ ਚੱਲੀ ਜਾਂਦੀਆਂ ਮੇਰੇ ਕੋਈ ਦੋਸਤ ਨੇ ਸੰਗਰੂਰ ਦੇ ਵੱਲ ਕੁਝ ਕਬਲੇਰ ਕੋਟਲਾ ਖੇਤਰ ਦੇ ਵੱਲ ਉਹ ਕਹਿੰਦੇ ਬਾਈ ਜੀ ਸਾਡੇ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ 2-2 ਢਾਈ ਢਾਈ ਏਕੜ ਦੇ ਵਿੱਚ ਇੱਕੋ ਹੀ ਕਿਹੜਾ ਯਾਨੀ ਕਿ ਨਾ ਨਕਾ ਮੋੜਨ ਦੀ ਲੋੜ ਆ ਨਾ ਆਪਾਂ ਅੱਗੇ ਵਧਣਾ ਆਪਾਂ ਆਰਾਮ ਨਾਲ ਬੰਜੀ ਤੇ ਪਏ ਰਹਿਣਾ ਮੋਟਰ ਜੇ 8 ਘੰਟੇ ਬਿਜਲੀ ਆਉਂਦੀ ਆ 8 ਘੰਟੇ ਚੱਲੀ ਜਾਂਦੀ ਆ ਆਪਾਂ ਮਾੜੀ-ਮੋਟੀ ਪਾਣੀ ਦੀ ਕਦਰ ਕਰਨੀ ਵੀ ਸ਼ੁਰੂ ਕਰ ਗਏ ਜਦੋਂ ਝੋਨਾ ਲਾ ਦਿੱਤਾ ਫਿਰ ਤਾਂ ਪਾਣੀ ਲੋਦੀ-ਲੋੜ ਹੈਗੀ ਆ ਪਰ ਹਲੇ ਝੋਨਾ ਲਾਇਆ ਨਹੀਂ ਫਿਰ ਜੇ ਕਿਸੇ ਨੂੰ ਪੁੱਛੀਏ ਕਹਿਣਗੇ ਅਸੀਂ ਧਰਤੀ ਦੀ ਹਿੱਕ ਠਾਰਦੇ ਆ ਤੇ ਸਾੜੀ ਕਿਹਨੇ ਆ ਸਾੜੀ ਵੀ ਤਾਂ ਆਪਾਂ ਹੀ ਆ ਪਹਿਲਾਂ ਆਪਾਂ ਨਾੜ ਨੂੰ ਪ੍ਰਾਲੀ ਨੂੰ ਅੱਗ ਲਾ ਕੇ ਹਿੱਕ ਸਾੜਦੇ ਆ ਫਿਰ ਕਹਿੰਦੇ ਵਾਹਣ ਠੰਡਾ ਕਰ ਰਹੇ ਆ ਤੇ ਯਾਰ ਵਾਹਣ ਠੰਡਾ ਕਰਨ ਦੇ ਚੱਕਰ ਦੇ ਵਿੱਚ ਪੰਜਾਬ ਨੂੰ ਬਰਬਾਦ ਤਾਂ ਨਾ ਕਰੋ ਆਪਾਂ ਇਹਨੇ ਨਾ ਸ਼ੁਕਰੇ ਨਾ ਹੋਈਏ ਕੁਦਰਤ ਬਹੁਤ ਕੁਝ ਦੇ ਰਹੀ ਆ ਤੇ ਕੁਦਰਤ ਦਾ ਬੇੜਾਗਰ ਕਰਨ ਦੇ ਵਿੱਚ ਅਸੀਂ ਕਿਸੇ ਨੇ ਕੋਈ ਕਸਰ ਵੀ ਨਹੀਂ ਛੱਡੀ ਉਹ ਭਾਵੇਂ ਅੱਗ ਲਾਉਣ ਦੇ ਰੂਪ ਚ ਹੋਵੇ ਭਾਵੇਂ ਕੋਈ ਹੋਰ ਤਰੀਕਾ ਹੋਵੇ ਉਹ ਹਰ ਬੰਦੇ ਨੇ ਆਪੋ ਆਪਣੇ ਪੱਦਰ ਨੇ ਉੱਤੇ ਕੁਦਰਤ ਦਾ ਕਹਾਣੀ ਕੀਤਾ ਇਸ ਦੇ ਬਾਵਜੂਦ ਕੁਦਰਤ ਬਹੁਤ ਕੁਝ ਦੇ ਰਹੀ ਆ ਪਰ ਆਪਾਂ ਥੋੜੇ ਜਿ ਜ਼ਿੰਮੇਵਾਰ ਵੀ ਬਣੀਏ ਜਦੋਂ ਮੁਫਤ ਦੇ ਵਿੱਚ ਮੋਟਰਾਂ ਨਹੀਂ ਸੀ ਉਦੋਂ ਅਸੀਂ ਇੱਕ ਕਿੱਲੇ ਦੇ ਵਿੱਚ 7 7 8 8 ਕਿਾਰੇ ਪਾਉਂਦੇ ਰਹੇ ਆ ਕਿਉਂਕਿ ਜੇਕਰ ਮੰਨ ਲਓ ਵੀ ਇੱਕ ਪਾਸੇ ਹੁਣ ਪਾਣੀ ਜਾ ਰਿਹਾ ਜੇ ਨਾ ਮੰਨ ਲਓ ਹੁਣ ਤਿੰਨ ਕਹਿਰੇ ਨੂੰ ਪਾਣੀ ਲੱਗ ਗਿਆ ਚੌਥੇ ਕਹਿਰੇ ਨੂੰ ਪਾਣੀ ਛੱਡਿਆ ਅਚਾਨਕ ਬਿਜਲੀ ਚਲੀ ਗਈ ਆ ਤੇ ਫੇਰ ਜਿਹੜਾ ਉਹ ਚੌਥਾ ਕਹਿਰਾ ਉਹਨੂੰ ਹੀ ਪਾਣੀ ਲਾਉਣਾ ਪਊਗਾ ਪਰ ਜੇ ਇੱਥੇ ਮੰਨ ਲਓ ਇੱਕ ਕਿੱਲੇ ਦਾ ਇੱਕੋ ਹੀ ਕਹਿਰਾ ਤੇ ਅੱਧ ਵਿਚਾਲੇ ਬਿਜਲੀ ਚਲੀ ਗਈ ਤੇ ਫੇਰ ਉਹ ਪਹਿਲਾਂ ਅੱਧਾ ਕਹਿਰਾ ਭਰੂਗਾ ਉਹੀ ਫੇਰ ਭਰੂਗਾ ਫੇਰ ਅਗਲੀ ਥਾਂ ਵੱਲ ਜਾਊਗਾ ਆਜੋ ਆਪਾਂ ਮਾੜੀ ਮੋਟੀ ਪਾਣੀ ਦੀ ਕਦਰ ਵੀ ਕਰਗੇ ਆਪਾਂ ਆਪਦੇ ਹੀ ਸਕੇ ਨਾ ਬਣ ਗਏ ਆਪਾਂ ਕੁਦਰਤ ਦੇ ਵੀ ਕੁਦਰਤੀ ਸੋਮਿਆਂ ਦੇ ਸਕੇ ਵੀ ਬਣ ਗਏ ਆਪਾਂ ਨਹੀਂ ਬਣਦੇ ਇਸ ਗੱਲ ਦਾ ਦੁੱਖ ਆ ਪਰ ਜਿਹੜੇ ਵੀ ਲੋਕ ਪਾਣੀ ਦੀ ਕਦਰ ਕਰਦੇ ਉਹਨਾਂ ਤੁਸੀਂ ਜਿਉਂਦੇ ਵਾਸਤੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਜਿਹੜੇ ਲੋਕ ਸਿਰਫ ਇਹ ਸੋਚਦੇ ਆ ਕਿ ਮਜਬੂਰੀਆਂ ਹਨ ਕੀ ਕਰਗੇ ਹੁਣ ਨਹੀਂ ਨੱਕਾ ਮੋੜਿਆ ਜਾਂਦਾ ਹੁਣ ਨਹੀਂ ਕਿਆਰਾ ਪੈਂਦਾ ਯਾਰ ਹੁਣ ਕੀ ਕਰਗੇ ਹੁਣ ਤਾਂ ਹੱਡ ਗੋਡੇ ਜੁੜੇ ਪਏ ਆ ਤੇ ਜੇ ਕੱਲ ਨੂੰ ਮੋਟਰਾਂ ਦੀ ਬਿਜਲੀ ਜਿਹੜੀ ਆ ਉਹ ਮੁਲ ਦੇ ਉੱਤੇ ਹੋ ਗਈ ਤੇ ਜੇਕਰ ਫਿਰ ਬਿਜਲੀ ਦੇ ਬਿੱਲ ਆਉਣ ਲੱਗ ਪਏ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਨੱਕਾ ਹੀ ਮੋੜਿਆ ਕਰਨਾ ਫਿਰ ਆਪਾਂ ਸਭ ਤੋਂ ਪਹਿਲਾਂ ਕਿਆਰਾ ਹੀ ਛੋਟੇ ਛੋਟੇ ਪਾਇਆ ਕਰਨੇ ਆ ਵੀ ਯਾਰ ਹੁਣ ਸਾਡਾ ਆਪ ਦਾ ਕੁਝ ਨੁਕਸਾਨਿਆ ਜਾਂਦਾ ਪੰਜਾਬੀ ਆਪਣਾ ਹੀ ਆ ਪੰਜਾਬ ਕਿਸੇ ਬਗਾਨੇ ਦਾ ਨਹੀਂ ਆ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਅਮਰਤਪਾਲ ਸਿੰਘ ਨਾਲ ਸੰਬੰਧਿਤ ਹੈ ਲੰਘੇ ਕੱਲ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋ ਗਿਆ ਕਈ ਸ਼ਖਸੀਅਤਾਂ ਨੇ ਚੁਣੇ ਹੋਏ ਨੁਮਾਇੰਦਿਆਂ ਨੇ ਸੌਂ ਚੁੱਕ ਲਈ ਹੈ ਕਈਆਂ ਨੇ ਅੱਜ ਚੁਕੜੀਆਂ ਕਈਆਂ ਨੇ ਭਲਕ ਨੂੰ ਚੁਕੜੀਆਂ ਜਿਨ੍ਹਾਂ ਨੇ ਅੱਜ ਯਾਨੀ ਕਿ 25 ਤਰੀਕ ਨੂੰ ਸੌਂ ਚੁੱਕਣੀ ਹੈ ਉਹਦੇ ਵਿੱਚ ਉੜੀਸਾ ਦੇ ਸੰਸਦ ਮੈਂਬਰ ਵੀ ਆ ਪੰਜਾਬ ਵਾਲੇ ਵੀ ਆ ਰਾਜਸਥਾਨ ਵਾਲੇ ਵੀ ਆ ਤੇ ਸ਼ਾਇਦ ਕੁਝ ਥਾਵਾਂ ਵਾਲੇ ਹੋਰ ਵੀ ਆ Jieda, avoir, BY, 12 ਤੋਂ ਲੈ ਕੇ 1 ਵਜੇ ਤੱਕ ਦਾ ਸਮਾਂ ਜਿਹੜਾ ਉਹ ਅਮਰਤਪਾਲ ਸਿੰਘ ਨੂੰ ਕਿਹਾ ਗਿਆ ਅਮਰਤਪਾਲ ਸਿੰਘ ਨੇ ਜੇਕਰ ਸੌਹ ਚੁਕਣੀ ਹੈ ਜੇਕਰ ਤਾਂ 12 ਤੋਂ ਲੈ ਕੇ 1 ਵਜੇ ਤੱਕ 25 ਤਰੀਕ ਨੂੰ ਪਾਰਲੀਮੈਂਟ ਦੇ ਵਿੱਚ ਹਾਜ਼ਰ ਹੋਵੇ ਤੇ ਉਹ ਆਪਣੀ ਸੌਹ ਚੁਕ ਲਵੇ ਜਿਵੇਂ ਕਿ ਉੱਥੋਂ ਹੁਕਮ ਜਾਰੀ ਹੋਇਆ ਜਿਵੇਂ ਕਿ ਉੱਥੋਂ ਦਾ ਸ਼ਡਿਊਲ ਜਾਰੀ ਹੋਇਆ ਪਰ ਅਮਰਤਪਾਲ ਸਿੰਘ ਆਵੇਗਾ ਨਹੀਂ ਪਰ ਅਮਰਤਪਾਲ ਸਿੰਘ ਤੋਂ ਸੌਹ ਚੁੱਕੀ ਜਾਣੀ ਨਹੀਂ ਪਰ ਅਮਰਤਪਾਲ ਸਿੰਘ ਨੇ ਬਾਹਰ ਆਉਣਾ ਨਹੀਂ ਉਹਦਾ ਕਾਰਨ ਇਹ ਹੈ ਵੀ ਜੇਲ੍ਹ ਦੇ ਵਿੱਚੋਂ ਉਹਦੇ ਬਾਹਰ ਆਉਣ ਦੇ ਉੱਤੇ ਹਾਲੇ ਤੱਕ ਕੋਈ ਜਾਣਕਾਰੀ ਹੀ ਨਹੀਂ ਕਿਉਂਕਿ ਪੰਜਾਬ ਦੇ 13 ਸੰਸਦ ਮੈਂਬਰ ਹੈ 13 ਦੇ ਵਿੱਚੋਂ 12 ਜਣੇ ਨੇ ਸੌਂ ਚੁੱਕ ਲੈਣੀ ਹੈ 13 ਦੇ 13 ਨੂੰ ਹੀ ਸੁਨੇਹੇ ਪਹੁੰਚੇ ਆ ਪਰ ਅਮਰਤਪਾਲ ਸਿੰਘ ਦੇ ਫੋਨ ਦੇ ਉੱਤੇ ਘੰਟੀ ਤਾਂ ਭਾਵੇਂ ਵਜੀ ਆ ਪਰ ਉਹ ਬਾਹਰ ਨਹੀਂ ਆ ਸਕੇਗਾ ਉਹ ਸੌ ਨਹੀਂ ਚੁੱਕ ਸਕੇਗਾ ਉਹਦਾ ਕਾਰਨ ਕੀ ਆ ਕਿਉਂਕਿ ਜਿੰਨੀ ਦੇਰ ਤੱਕ ਅਦਾਲਤ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਅਮਰਤਪਾਲ ਦੇ ਮੁਤਲਕ ਕੋਈ ਫੈਸਲਾ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਪਾਈ ਉਹਨੇ ਬਾਹਰ ਨਹੀਂ ਆਉਣਾ ਜੇ ਬਾਹਰ ਨਾ ਆਇਆ ਫਿਰ ਉਹਨੇ ਸੋਹਣੀ ਚੁਕੜੀ ਤੇ ਅਮਰਤਪਾਲ ਸਿੰਘ ਦੇ ਵਕੀਲ ਰਾਜਦੇਵ ਸਿੰਘ ਖਾਲਸਾ ਹੋਰਾਂ ਨੇ ਇਹ ਗੱਲ ਕਹੀ ਆ ਉਹ ਕਹਿੰਦੇ ਵੀ ਦੇਖੋ ਫੋਨ ਆਇਆ ਪਾਰਲੀਮੈਂਟ ਦੇ ਵਿੱਚੋਂ ਫੋਨ ਆਇਆ ਸੌਹ ਚੁਕੜੀ ਅਮਰਤਪਾਲ ਸਿੰਘ ਨੇ ਪਰ ਅਸੀਂ ਸਰਕਾਰ ਨੂੰ ਵੀ ਗ੍ਰਹਿ ਵਿਭਾਗ ਨੂੰ ਵੀ ਅਮਰਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਬਾਕੀ ਹੋਰਨਾਂ ਨੂੰ ਵੀ ਬੇਨਤੀ ਕੀਤੀ ਹੋਈ ਆ ਕਿ ਭਾਈ ਹੁਣ ਉਹ ਜਨਤਾ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਬਾਹਰ ਆਉਣ ਦਾ ਮੌਕਾ ਮਿਲੇ ਪਰ ਉਹ ਆਏ ਨਹੀਂ ਪਰ ਹਾਲੇ ਤੱਕ ਇਜਾਜ਼ਤ ਮਿਲੀ ਨਹੀਂ ਇਹ ਸਮਾਂ ਦੱਸੂਗਾ ਬਣਦਾ ਕੀ ਆ ਅਸਲ ਵਿੱਚ ਜਦੋਂ ਕੋਈ ਵੀ ਮੈਂਬਰ ਪਾਰਲੀਮੈਂਟ ਬਣਦਾ ਉਹਦੇ ਵੱਲੋਂ ਆਪਣਾ ਆਫੀਸ਼ੀਅਲ ਜਾਂ ਪਰਸਨਲ ਨੰਬਰ ਆ ਜਿਹੜਾ ਉਹ ਜਮ੍ਹਾਂ ਕਰਵਾਇਆ ਜਾਂਦਾ ਮੰਨ ਲਓ ਪਾਰਲੀਮੈਂਟ ਦੇ ਵਿੱਚ ਰਾਜਾ ਵੜਿੰਗ ਨੇ ਵੀ ਇੱਕ ਨੰਬਰ ਦਿੱਤਾ ਹੋਣਾ ਕੋਈ ਇੱਕ ਦੋ ਨੰਬਰ ਆ ਜਿਹੜੇ ਉਹ ਬਾਕੀ ਗੁਰਜੀਤ ਸਿੰਘ ਔਜਲਾ ਨੇ ਵੀ ਦਿੱਤੇ ਹੋਣੇ ਆ ਬਾਕੀਆਂ ਨੇ ਵੀ ਦਿੱਤੇ ਹੋਣੇ ਆ ਉਵੇਂ ਅਮਰਤਪਾਲ ਤੇ ਸਰਬਜੀਤ ਸਿੰਘ ਖਾਲਸਾ ਨੇ ਵੀ ਨੰਬਰ ਦਿੱਤਾ ਹੋਣਾ ਫਿਰ ਉੱਥੋਂ ਫੋਨ ਦੀ ਟੱਲੀ ਖੜਕਦੀ ਆ ਕਿ ਜੀ ਕੱਲ ਨੂੰ ਇੰਨੇ ਵਜ ਕੇ ਇੰਨੇ ਮਿੰਟ ਤੇ ਉੱਥੇ ਤੁਸੀਂ ਪਹੁੰਚਿਓ ਸੌਂ ਚੁੱਕਣ ਦੇ ਲਈ ਪਰ ਜੇਕਰ ਬੰਦਾ ਬਾਹਰ ਹੋਊਗਾ ਸੌ ਤਾਂ ਚੁੱਕੂਗਾ ਜੇ ਬੰਦਾ ਹੀ ਜੇਲ੍ਹ ਦੇ ਵਿੱਚ ਆ ਫਿਰ ਸੌ ਕਿਵੇਂ ਚੁੱਕੂਗਾ ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ 12 ਜਿਹੜਿਆਂ ਨੇ ਸੌ ਅਜੇ ਚੁੱਕ ਲੈਣੀ ਆ ਤੇ ਅਮਰਤਪਾਲ ਸਿੰਘ ਤੋਂ ਸੌ ਚੁੱਕੀ ਨਹੀਂ ਜਾਣੀ ਕਿਉਂਕਿ ਉਹਦੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਫੈਸਲਾ ਹਲੇ ਤੱਕ ਹੋਇਆ ਨਹੀਂ ਕਈ ਲੋਕ ਇਹ ਗੱਲ ਕਹਿੰਦੇ ਕਿ ਅਮਰਤਪਾਲ ਨੂੰ ਕਈ ਮਹੀਨੇ ਵੀ ਸੌ ਚੁੱਕਣ ਤੇ ਲੱਗ ਜਾਣੇ ਆ ਕਈ ਲੋਕ ਇਹ ਗੱਲ ਕਹਿੰਦੇ ਵੀ ਹਫ਼ਤੇ ਖੰਡ ਦੀ ਖੇੜ ਆ ਕਈ ਲੋਕਾਂ ਨੇ ਵੀ ਚਲੋ ਤਿੰਨ ਚਾਰ ਹਫ਼ਤੇ ਲੱਗ ਜਾਂਦੇ ਹੁੰਦੇ ਇਹਨਾਂ ਸਰਕਾਰੀ ਗਤੀਵਧੀਆਂ ਨੂੰ ਸਰਕਾਰੀ ਨਿਯਮਾਂ ਨੂੰ ਸਰਕਾਰੀ ਸ਼ਰਤਾਂ ਨੂੰ ਇਹ ਮੈਨੂੰ ਨਹੀਂ ਪਤਾ ਵੀ ਕਿੰ ਪਰ ਗੱਲ ਇਹ ਹੈ ਵੀ ਜਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ ਅਮਰਤਪਾਲ ਤੇ ਉਹਦੇ ਸਾਥੀਆਂ ਦੇ ਉੱਤੇ ਇੱਕ ਬਰੇ ਦੀ ਐਨਐਸਏ ਹੋਰ ਵਿਧਾਈ ਗਈ ਹੈ। ਇਹਦੇ ਤੋਂ ਪ੍ਰਤੀਤ ਇਹ ਹੁੰਦਾ ਸੰਕੇਤ ਇਹ ਮਿਲਦਾ ਕਿ ਸਰਕਾਰ ਹਾਲੇ ਕੋਈ ਪੋਲਾ ਰੌਂ ਕਰਨ ਦੇ ਹੱਕ ਦੇ ਵਿੱਚ ਨਹੀਂ। ਸਰਕਾਰ ਕਿਸੇ ਕਿਸਮ ਦੀ ਨਰਮੀ ਨੂੰ ਵਰਤਣ ਦੇ ਹੱਕ ਦੇ ਵਿੱਚ ਨਹੀਂ। ਸਰਕਾਰ ਦੇ ਵੱਲੋਂ ਜੋ ਸੋਚਿਆ ਗਿਆ ਉਹਦੇ ਵੱਲੋਂ ਉਹ ਕੀਤਾ ਜਾਣਾ। ਸੋ ਅਮਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਇਹਨਾਂ ਦੋਹਾਂ ਦੇ ਵੱਲ ਅਤਕੀ ਪੰਜਾਬ ਦੇ ਲੋਕਾਂ ਦੀ ਨਿਗ੍ਹਾ ਟਿਕੀ ਰਹਿਣੀ ਹੈ। ਮੈਂ ਇਹ ਨਹੀਂ ਗੱਲ ਕਹਿੰਦਾ ਕਿ ਬਾਕੀ ਲੋਕਾਂ ਨੂੰ ਚੁਣਿਆ ਨਹੀਂ ਗਿਆ 11 ਲੋਕਾਂ ਦੇ ਵੱਲ ਵੀ ਨਿਗਾਹ ਰਹਿਣੀ ਆ ਪਰ ਦੋ ਬੰਦਿਆਂ ਦੇ ਵੱਲ ਵੱਧ ਰਹਿਣੀ ਆ ਕਿਉਂਕਿ ਇਹ ਦੋ ਵਿਅਕਤੀ ਆਜ਼ਾਦ ਤੌਰ ਦੇ ਉੱਤੇ ਜਿੱਤੇ ਆ ਇਹਨਾਂ ਦੋਹਾਂ ਨੇ ਜੋ ਕੁਝ ਸਰਗਰਮੀਆਂ ਪੇਸ਼ ਕੀਤੀਆਂ ਭਵਿੱਖ ਦੇ ਵਿੱਚ ਉਹਦੇ ਆਧਾਰ ਦੇ ਉੱਤੇ ਆਜ਼ਾਦ ਉਮੀਦਵਾਰਾਂ ਨੇ ਜਿੱਤਿਆ ਕਰਨਾ ਜੇਕਰ ਇਹਨਾਂ ਦੋਹਾਂ ਦੇ ਵੱਲੋਂ ਸੋਹਣੀ ਪਰਫਾਰਮੈਂਸ ਕਿਉਂਕਿ ਹਾਲੇ ਤੱਕ ਅਮਰਤਪਾਲ ਅੰਦਰ ਆ ਜਦੋਂ ਵੀ ਬਾਹਰ ਆਇਆ ਜੇਕਰ ਉਹਦੇ ਵੱਲੋਂ ਸੋਹਣੀ ਆਪਣੇ ਹਲਕੇ ਦੇ ਲਈ ਆਪਣੇ ਪੰਜਾਬ ਦੇ ਲਈ ਪਰਫਾਰਮੈਂਸ ਪੇਸ਼ ਕੀਤੀ ਗਈ ਤਾਂ ਭਵਿੱਖ ਦੇ ਵਿੱਚ ਲੋਕ ਇਹ ਗੱਲ ਕਹਿਣਗੇ ਕਿ ਯਾਰ ਅਸੀਂ ਆਪਦਾ ਬੰਦਾ ਆਪੇ ਖੜਾ ਕਰਕੇ ਤੇ ਆਪੇ ਜਿਤਾ ਲਿਆ ਕਰਨਾ ਜਿਵੇਂ ਕਿ ਦੋ ਹੁਣ ਜਿਤਾਏ ਆ ਪਰ ਜੇਕਰ ਇਹ ਗੱਲ ਨਾ ਬਣੀ ਲੋਕਾਂ ਦਾ ਭਰੋਸਾ ਤੜਕ ਗਿਆ ਤੇ ਫਿਰ ਲੋਕਾਂ ਨੇ ਇਹ ਗੱਲ ਕਹਿਣੀ ਵੀ ਇਹ ਵੀ ਉਹਨਾਂ ਵਰਗੀ ਆ ਇਸ ਕਰਕੇ ਇਹਨਾਂ ਵਰਗੇ ਬੰਦਿਆਂ ਨੂੰ ਵੀ ਪਰੇ ਕਰ ਦਿਓ ਮੈਂ ਬੜੀ ਸਾਫ਼ ਤੇ ਸਪਸ਼ਟ ਗੱਲ ਕਹਿਣਾ ਵੀ ਭਾਈ ਪੰਜਾਬ ਦੇ ਲੋਕਾਂ ਨੂੰ ਇੱਕ ਪੈਸੇ ਦੀ ਉਲਾਰਵਾਦੀ ਸੋਚ ਨਹੀਂ ਪੜਾਉਣੀ ਚਾਹੀਦੀ ਐਵੇਂ ਸੰਗ ਸੰਗ ਨਾ ਪਾੜਿਆ ਕਰੋ ਕਿਸੇ ਦੇ ਪਿੱਛੇ ਵੀ ਐਵੇਂ ਦਿਮਾਗ ਨਾ ਖਰਾਬ ਕਰਿਆ ਕਰੋ ਕਿਸੇ ਦੇ ਪਿੱਛੇ ਵੀ ਉਹਨੂੰ ਕੰਮ ਕਰਨ ਦਿਓ ਕੀਤੇ ਗਏ ਕੰਮ ਦੇ ਆਧਾਰ ਦੇ ਉੱਤੇ ਆਪਣੀ رائے ਬਣਾਓ ਆਪਣੀ رائے ਬਣਾ ਕੇ ਬਾਅਦ ਦੇ ਵਿੱਚ ਜਿਵੇਂ ਵੀ ਤੁਸੀਂ ਕਹੋਗੇ ਉਵੇਂ ਉਸ ਤਰੀਕੇ ਨਾਲ ਪੇਸ਼ ਕਰਿਓ ਪਰ ਜੇ ਆਪਾਂ ਪਹਿਲੇ ਗੱਲ ਆਏ ਨੇ ਚੱਕ ਦੇਣੇ ਫੱਟੇ ਹੁਣ ਦੇਖੋ ਸਿਰ ਲਾਊਗਾ ਇਹ ਪਾਉ ਪਟਾਕੇ ਤੇ ਪਟਾਕੇ ਆਪਾਂ ਆਪਦੇ ਪਾ ਬੰਨੇ ਆ ਪਟਾਕੇ ਪਾਏ ਪਾਏ ਪੰਜਾਬ ਦੇ ਇਸ ਵੇਲੇ ਹਲਕਿਆਂ ਦੇ ਪਟਾਕੇ ਪਾਏ ਵੇ ਆ ਸੋ ਵੇਨੇ ਪਾਈ ਕੌਣ ਕਿਹੋ ਜਿਹਾ ਪਟਾਕੇ ਪਾਉਂਦਾ ਕੌਣ ਕਿੰਨੀ ਕੁ ਤਸਵੱਟੀ ਦੇ ਉੱਤੇ ਖੜਾ ਉਤਰਦਾ ਪਰ ਕਿਸੇ ਪਿੱਛੇ ਲੜੋ ਨਾ ਕਿਸੇ ਪਿੱਛੇ ਬੈਸੋ ਨਾ ਤੇ ਫੇਸਬੁੱਕ ਦੇ ਉੱਤੇ ਵਿਦਵਾਨ ਬਿਲਕੁਲ ਨਾ ਬਣੋ ਕਿਉਂਕਿ ਉੱਥੇ ਸਾਰੇ ਹੀ ਵਿਦਵਾਨ ਹਨ ਲੜਨਾ ਬਿਲਕੁਲ ਬੰਦ ਕਰੋ ਰਾਜਨੀਤਿਕ ਲੋਕਾਂ ਦੇ ਪਿੱਛੇ ਖਾਸ ਕਰਕੇ ਲੜਾਈ ਬਿਲਕੁਲ ਨਾ ਲਿਆ ਕਰੋ ਆਪਦੇ ਕੰਮ ਦੇ ਵੱਲ ਗੌਰ ਕਰੋ ਮੇਰੀ ਪੰਜਾਬਗਣੋ ਇੱਕ ਬੇਨਤੀ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦਿੰਨਾ ਵੀ ਪੰਜਾਬ ਦੇ ਲੋਕਾਂ ਦੇ ਬਾਰੇ ਰਾਜਨੀਤਿਕ ਕੀ ਸੋਚਦੇ ਆ ਮੇਰੀ ਕੁਝ ਕੁ ਮਹੀਨੇ ਪਹਿਲਾਂ ਪੰਜਾਬ ਦੇ ਇੱਕ ਰਾਜਨੀਤਿਕ ਵਿਅਕਤੀ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਜੀ ਕਿ ਮੈਂ ਨਾ ਇੱਕ ਦਿਨ ਆਪਦੇ ਖੇਤਾਂ ਦੇ ਵੱਲ ਗਿਆ ਪੰਜਾਬ ਦਾ ਵੱਡਾ ਨੇਤਾ ਉਹ ਕਹਿੰਦਾ ਮੈਂ ਆਪਣੇ ਖੇਤਾਂ ਦੇ ਵੱਲ ਗਿਆ ਤੇ ਉੱਥੇ ਕਹਿੰਦੇ ਜੀ 15-20 ਮਜ਼ਦੂਰ ਜਿਹੜੇ ਆ ਉੱਥੇ ਕੰਮ ਕਾਜ ਕਰਦੇ ਸੀ ਉਹ ਛਾਵੇਂ ਬੈਠੇ ਤੇ ਕਹਿੰਦੇ ਜੀ ਆਪਦਾ ਕੋ ਰੋਟੀ ਪਾਣੀ ਛੱਕ ਰਹੇ ਆ ਅਚਾਨਕ ਉਹ ਕਹਿੰਦਾ ਮੈਨੂੰ ਖੇਤਾਂ ਦੇ ਵਿਚ ਆਏ ਨੂੰ ਵੇਖ ਕੇ ਤੇ ਹੈਰਾਨ ਵੀ ਹੋ ਗਏ ਤੇ ਖੁਸ਼ ਵੀ ਹੋ ਗਏ ਤੇ ਥੋੜੇ ਜਿਹਾ ਤਰਬਕੇ ਵੀ ਪਾਈ ਅਸੀਂ ਬੈਠੇ ਆ ਕਹਿੰਦੇ ਮੈਂ ਉਹਨਾਂ ਨੂੰ ਪੁੱਛਣ ਲੱਗ ਪਿਆ ਬਾਈ ਜੀ ਕੰਮ ਕਾਜ ਕਿਵੇਂ ਚੱਲਦਾ ਫਿਰ ਮੁੰਡਿਓ ਖੁੰਡਿਓ ਕੰਮ ਠੀਕ ਚੱਲਦਾ ਉਹ ਕਹਿੰਦੇ ਬਾਈ ਜੀ ਮੌਜਾਂ ਨਜ਼ਾਰੇ ਲੁੱਟੀ ਦੇ ਬੁੱਲੇ ਵੱਢੀ ਦੇ ਆ ਲੁੱਡੀਆਂ ਪੈਣੀਆਂ ਕਿਵੇਂ ਪੈਣੀਆਂ ਮੋ ਫਿਰ ਕੀ ਕਰਦੇ ਮੋਬਾਈਲ ਤੇ ਫਿਲਮਾਂ ਵੇਖੀਨੀਆਂ ਫੇਸਬੁੱਕ ਚੱਲਦੀ ਆ ਥੋੜੇ ਵਾਲਾ ਭਾਸ਼ਣ ਵੀ ਸੁਣ ਲਈਦਾ ਭਗਵੰਤਮਾਨ ਦਾ ਵੀ ਸੁਣ ਲਈਦਾ ਵਟਸਐਪ ਤੇ ਵੀ ਰਹੀਦਾ ਹੋਰ ਕੀ ਕਰਦੇ ਹਾਂ ਬਸ ਇਹੋ ਚੁਣੀ ਵੇਲੇ ਮਿਲਦੀ ਆ ਮੋਬਾਈਲ ਤੇ ਹੀ ਹੁੰਨੇ ਸਾਰੀ ਰੜੀ ਫਿਰ ਇਹ ਕਿੰਨਾ ਖਚਰ ਵੇਨੇ ਹਾਂ ਰਾਤ ਨੂੰ 12 ਵਜੇ ਤੱਕ ਜੀ ਡਾਟਾ ਚੱਲਦਾ 2GB ਡਾਟਾ ਚੱਲਦਾ ਰਾਤ ਨੂੰ 12 ਵਜੇ ਤੱਕ ਤੇ 12 ਵਜੇ ਤੱਕ ਆਪਣੇ ਮੁਕਦਰ ਹੀ ਨੈਟ ਜਦੋਂ 12 ਵਜੇ ਨੈਟ ਮੁਕਦਾ ਕਰਨੀ ਕਿ ਅਸੀਂ ਸੌ ਜਾਂਨੇ ਆ ਤੇ ਤੜਕੇ ਨੂੰ ਫੇਰ 2GB ਆਇਆ ਹੁੰਦਾ ਤੇ ਆਪਾਂ ਫੇਰ ਵੇਖਣ ਲੱਗ ਜਾਂਦੇ ਆ ਉਹ ਕਹਿੰਦਾ ਨੇਤਾ ਕਹਿੰਦਾ ਮੈਨੂੰ ਇਉਂ ਲੱਗਾ ਉਸ ਦਿਨ ਕਿ ਪੰਜਾਬ ਦੇ ਲੋਕਾਂ ਨੂੰ ਸੜਕਾਂ ਸਕੂਲ ਹਸਪਤਾਲ ਹੋਰ ਚੀਜ਼ਾਂ ਦੀ ਕੋਈ ਲੋੜ ਨਹੀਂ ਪੰਜਾਬ ਦੇ ਲੋਕਾਂ ਦਾ ਜੇਕਰ 2GB ਡਾਟਾ ਵਧਾ ਕੇ 3GB ਕਰ ਦਿੱਤਾ ਜਾਵੇ ਇਹਨਾਂ ਨੇ ਬਹੁਮਤ ਕਿਸੇ ਨੂੰ ਵੀ ਦਿਵਾ ਦੇਣਾ ਲੋੜ ਤਾਂ ਇਸ ਵੇਲੇ ਡਾਟਾ ਵਧਾਉਣ ਦੀ ਆ ਕੰਮ ਕਰਨੀ ਥੋੜੀ ਆ ਸੋ ਭਾਈ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਡਾਟਾ ਦੇ ਉੱਤੇ ਘੱਟ ਜ਼ੋਰ ਲਿਆ ਕਰੋ ਆਪਦਾ ਡਾਟਾ ਦੇਖੋ ਜ਼ਿੰਦਗੀ ਦਾ ਡਾਟਾ ਕਿਹੋ ਜਿਹਾ ਬਣਿਆ ਪਿਆ ਇਹਨੇ ਕੀ ਬਣਦਾ ਹੁੰਦੇ ਸਮਝੇ ਜਲੰਧਰ ਦੀ ਜ਼ਿਮਨੀ ਚੋਣ ਦੇ ਵਾਸਤੇ ਤਿਆਰੀਆਂ ਬਹੁਤ ਜ਼ਬਰਦਸਤ ਹੈ 23 ਜਣੇ ਨੇ ਕਾਗਜ਼ ਦਾਖਲ ਕੀਤੇ ਸੀ ਸਤਾਂ ਦੇ ਕਾਗਜ਼ ਰੱਦ ਹੋ ਗਏ ਆ 16 ਇਸ ਵੇਲੇ ਚੋਣ ਮੈਦਾਨ ਦੇ ਵਿੱਚ ਹੈ ਉਹਨਾਂ 16 ਦੇ ਵਿੱਚ 5-6 ਵਟੀਆਂ ਪਾਰਟੀਆਂ ਵਾਲੇ ਵੀ ਆ ਕਈ ਆਜ਼ਾਦ ਵੀ ਆ ਤੇ ਕਈ ਸੀਰੀਅਸ ਤੌਰ ਦੇ ਉੱਤੇ ਗੰਭੀਰ ਤੌਰ ਦੇ ਉੱਤੇ ਚੋਣ ਲੜ ਰਹੇ ਆ ਤੇ ਕਈਆਂ ਦੇ ਵਾਸਤੇ ਇਹ ਮੌਜ ਮੇਲਾ ਜਾ ਵੀ ਆ 23 ਜਾਣੇ ਯਾਨੀ ਕਿ ਇੱਕ ਜ਼ਿਮਨੀ ਚੋਣ ਦੇ ਵਾਸਤੇ ਕਿੰਨਾ ਵੱਡਾ ਉਤਸ਼ਾਹ ਕਿ ਮੈਂ ਵੀ ਇਸ ਚੋਣ ਦੰਗਲ 'ਚ ਹਿੱਸਾ ਲੈਣਾ ਮੈਂ ਵੀ ਇਸ ਚੋਣ ਦੰਗਲ ਦੇ ਵਿੱਚ ਹਿੱਸਾ ਲੈਣਾ ਜਲੰਧਰ ਪੱਛਮੀ ਦੀ ਚੋਣ ਵਾਸਤੇ 23 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਸੀ ਉਹਨਾਂ ਦੇ ਵਿੱਚੋਂ ਪਤਾ ਲੱਗਾ ਜੀ 16 ਇਸ ਵੇਲੇ ਚੋਣ ਮੈਦਾਨ ਦੇ ਵਿੱਚ ਆ ਸੱਤਾਂ ਦੇ ਕਾਗਜ਼ ਰੱਦ ਹੋ ਗਏ ਹੁਣ ਜਿਹੜੇ 16 ਨੇ ਇਹਨਾਂ 16 ਦੇ ਵਿੱਚੋਂ ਇਹ ਤਾਂ ਹੈ ਨਹੀਂ ਵੀ ਪੰਜ ਜਿੱਤ ਜਾਣਗੇ ਜਿੱਤਣਾ ਤਾਂ ਇੱਕ ਹੀ ਆ ਇੱਕ ਜਿੱਤੂਗਾ ਤੇ 15 ਹਾਰ ਜਾਣਗੇ ਜਿਹੜੇ ਹਾਰ ਜਾਣਗੇ ਉਹਨਾਂ ਨੇ ਆਪਸ ਦੇ ਵਿੱਚ ਲੜਨਾ ਵੀ ਹੈ ਤੇ ਕਈਆਂ ਨੇ ਕਿਹਾ ਜੀ ਮੈਂ ਮੰਥਨ ਚਿੰਤਨ ਐਨਲਿਸਿਸ ਕਰਨਾ ਅਸੀਂ ਹਾਰ ਦੇ ਕਾਰਨ ਲੱਭਦੇ ਆਂ ਪਰ ਜਿਹੜਾ ਜਿੱਤੂ ਕੋਨੇ ਪੁੱਠਗਾਂ ਸ਼ਾਲਾ ਮਾਰਨੀ ਆ ਜਿਹੜਾ ਵੀ ਜਿੱਤੂਗਾ ਉਹਨੇ ਭੰਗੜਾ ਪਾਉਣਾ ਲੁੱਡੀਆਂ ਪਾਉਣੀਆਂ ਢੋਲ ਵੱਜਣੇ ਲੱड्डੂ ਵੰਡਣੇ ਆ ਉਹਨੇ ਕਹਣਾ ਜੀ ਸਾਨੂੰ ਜਿੱਤਣ ਦਾ ਚੱਜ ਹੈ ਵੱਲ ਹੈ ਪਰ ਜੇਕਰ ਤੁਸੀਂ ਅਜਲੀ ਤਰੀਕੇ ਦੇ ਵਿੱਚ ਜਲੰਧਰ ਦੇ ਵਿੱਚ ਰਾਜਨੀਤਿਕ ਦ੍ਰਿਸ਼ ਦੇ ਵੱਲ ਵੇਖੋ ਤਾਂ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਸਾਰੀਆਂ ਸਿਆਸੀ ਪਾਰਟੀਆਂ ਇਉਂ ਸਮਝ ਕੇ ਚੋਣ ਲੜ ਰਹੀਆਂ ਜਿਵੇਂ ਉਹਨਾਂ ਦੀ ਇੱਜ਼ਤ ਬਚਣੀ ਹੀ ਤਾਂ ਕਾਂਗਰਸ ਇਹ ਸੋਚੀ ਬੈਠੀ ਆ ਕਿ ਜੇਕਰ ਇਹ ਸੀਟ ਕੱਢ ਲਈ ਤਾਂ ਧੌਣ ਦੇ ਵਿੱਚੋਂ ਕੀ ਲੱਕੀਆਂ ਦੇ ਨਿਕਲ ਜਾਣਾ ਆਮ ਆਦਮੀ ਪਾਰਟੀ ਇਹ ਸੋਚੀ ਜਾਂਦੀ ਵੀ ਜੇਕਰ ਅਸੀਂ ਇਹ ਸੀਟ ਕੱਢ ਲਈ 13 ਦੇ ਵਿੱਚੋਂ 3 ਮਿਲਣ ਵਾਲਾ ਗੰਪੁੱਲ ਜਾਣਾ ਆ ਕਾੜੀਦਲ ਇਹ ਸੋਚਦਾ ਕਿ ਜੇਕਰ ਇੱਥੋਂ ਅਸੀਂ ਚੰਗੀ ਪਰਫਾਰਮੈਂਸ ਪੇਸ਼ ਕਰਤੀ ਤਾਂ ਪਿਛਲੇ ਧੋਨੇ ਧੋਤੇ ਜਾਣੇ ਆ ਭਾਜਪੀ ਇਹ ਗੱਲ ਕਹਿੰਦੀ ਵੀ ਜੇਕਰ ਅਸੀਂ ਇੱਥੇ ਸੀਟ ਕੱਢ ਲਈ ਤਾਂ ਫਿਰ ਭਾਈ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਸਤਾਈ ਵਾਸਤੇ ਮੁੱਢ ਵੱਜ ਜਾਣਾ ਕਿ ਭਾਜਪੀ ਦੀ ਹੀ ਸਰਕਾਰ ਬਣੂਗੀ ਪਰ ਇੱਥੇ ਭੁੱਲਣਾ ਨਹੀਂ ਚਾਹੀਦਾ ਜੀ ਕਿ ਜਲੰਧਰ ਦੇ ਵਾਂਗੂ ਪੂਰੇ ਵਾਂਗੂ ਤੇ ਪੂਰੇ ਪੰਜਾਬ ਦੇ ਵਾਂਗੂ ਜਲੰਧਰ ਪੱਛਮੀ ਦੀਆਂ ਮੁਸ਼ਕਲਾਂ ਵੀ ਬਹੁਤ ਆ ਜਲੰਧਰ ਪੱਛਮੀ ਦੇ ਵਿੱਚ ਸੜਕਾਂ ਦਾ ਬੁਰਾ ਹਾਲ ਆ ਸੀਵਰੇਜ ਦਾ ਮਾੜਾ ਹਾਲ ਆ ਟ੍ਰੈਫਿਕ ਸਮੱਸਿਆ ਬਹੁਤ ਆ, ਅਵਾਰਾ ਪਸ਼ੂਆਂ ਦੀ ਪਰਮਾਰ ਆ। ਪੀਣ ਵਾਲੇ ਪਾਣੀ ਦੀ ਵੀ ਸਮੱਸਿਆ ਤੇ ਹੋਰ ਵੀ ਲੋਕਾਂ ਦੀਆਂ ਜਿਹੜੀਆਂ ਛੋਟੀਆਂ ਵੱਡੀਆਂ ਸਟਰੀਟ ਲੈਟਾਂ ਦੀਆਂ ਜਾਂ ਹੋਰ ਛੋਟੀਆਂ ਵੱਟੀਆਂ ਸਮੱਸਿਆਵਾਂ ਹੁੰਦੀਆਂ ਬਰਕਰਾਰ ਆ। ਪਰ ਜਲੰਧਰ ਦੇ ਲੋਕ ਕਿੰਨੀਆਂ ਕ ਸਮੱਸਿਆਵਾਂ ਨੂੰ ਪਛਾਣ ਕੇ ਤੇ ਕੀ ਕਰਨਗੇ ਇਹ ਸਮਾਂ ਬਿਆਨ ਕਰੂਗਾ। ਆਮ ਤੌਰ 'ਤੇ ਉੱਥੇ ਧਾਰਨਾ ਇਹ ਬਣੀ ਹੋਈ ਆ ਕਿ ਸੱਤਾ ਧਾਰੀ ਧਰਦੀ ਜ਼ਮੀਨੀ ਚੋਣ ਹੁੰਦੀ ਆ। ਜੇ ਕਾਂਗਰਸ ਦੀ ਹੋਵੇ ਤਾਂ ਕਾਂਗਰਸ ਹੀ ਹੁੰਦੀ ਜਾਂ ਖਾਲੀਗਾਂ ਦੀ ਹੋਵੇ ਤਾਂ ਖਾਲੀਗਾਂ ਦੀ ਹੁੰਦੀ ਆ ਆਮ ਆਦਮੀ ਪਾਰਟੀ ਦੀ ਤੇ ਆਮ ਆਦਮੀ ਪਾਰਟੀ ਦੀ ਹੋ ਸਕਦੀ ਹੈ। ਇਹ ਲੋਕਾਂ ਨੇ ਬਣਾ ਵਿੱਚ ਇੱਕ رائے ਬਣੀ ਆ। ਪਰ ਇਹ ਲੋਕ ਰਾਏ ਆ ਜਿਹੜੀ ਇਹ ਤੜਕਦੀ ਆ ਜਾਂ ਬਚੀ ਰਹਿੰਦੀ ਆ ਇਹਦੇ ਬਾਰੇ ਅਸੀਂ ਕੋਈ ਭਵਿੱਖਬਾਣੀ ਨਹੀਂ ਕਰਦੇ ਪਰ ਹਾਂ ਸੀਰੀਅਸ ਤੌਰ ਦੇ ਉੱਤੇ ਗੰਭੀਰ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਇਹ ਚੋਣ ਕਿੰਨੀ ਲੈ ਰਹੀ ਆ ਆਮ ਆਦਮੀ ਪਾਰਟੀ ਨੇ ਆਪਦੇ 20 ਤੋਂ ਵੱਧ ਵੱਡੇ ਨੇਤਾ ਜਿਹੜੇ ਉਹ ਜਲੰਧਰ ਦੇ ਚੋਣ ਪਿੰਡ ਦੇ ਵਿੱਚੋਂ ਉਤਾਰ ਦਿੱਤੇ ਪ੍ਰਚਾਰ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੇ ਦੀਪਨਗਰ ਵਾਲੀ ਛੌਨੀ ਦੇ ਵਿੱਚ ਕੋਠੀ ਹੈ ਜਿਹੜੀ ਉਹ ਰੰਗ ਰਗਣ ਕਰਵਾ ਲਈਆ ਮੇਰਾ ਕੱਲ ਵੀ ਇੱਕ ਦੁਨਣੇ ਦੇ ਵਿੱਚ ਰਹਿਣਾ ਸ਼ੁਰੂ ਕਰ ਦੇਣਾ ਸੰਦੀਪ ਪਾਟਕ ਜਿਹੜੇ ਕਿ ਆਮ ਆदमी ਪਾਰਟੀ ਦੇ ਸੀਨੀਅਰ ਨੇਤਾ ਉਹ ਜਲੰਧਰ ਦੇ ਵਿੱਚ ਡੇਰਾ ਲਾ ਚੁੱਕੇ ਆ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਜਲੰਧਰ ਦੇ ਵਿੱਚ ਆਮ ਆदमी ਪਾਰਟੀ ਕਰ ਰਹੀ ਆ ਉਹ ਕਹਿੰਦੇ ਵੀ ਇਹ ਕਿਲਾ ਅਸੀਂ ਫਤਿਹ ਕਰਨਾ ਹੀ ਕਰਨਾ ਹੈ ਉਹ ਕਹਿੰਦੇ ਇਹ ਸਾਡੇ ਲਈ ਚੋਣ ਨਹੀਂ ਇਹ ਸਾਡੇ ਵਾਸਤੇ ਮਿਸ਼ਨ ਹੈ ਉਧਰ ਬੀਜੇਪੀ ਦੇ ਵੱਲੋਂ ਜਿੰਨੇ ਵੀ ਆਪ ਦੇ ਪੂਰੇ ਵੱਡੇ ਵੱਡੇ ਨੇਤਾ ਪੰਜਾਬ ਦੇ ਤੇ ਪੰਜਾਬੋਂ ਬਾਹਰਲੇ ਉਹ ਮੈਦਾਨ ਦੇ ਵਿੱਚ ਹੁਣ ਤੋਂ ਭੇਜਣੇ ਸ਼ੁਰੂ ਕਰ ਦਿੱਤੇ ਗਏ ਆ ਹੇਮਾ ਮਾਲਣੀ ਨੇ ਵੀ ਇੱਥੇ ਆਉਣਾ ਇੱਥੇ ਪ੍ਰੀਤੀ ਸਪਰੂ ਨੇ ਵੀ ਆਉਣਾ ਇਥੇ ਜੀ ਸੁਨੀਲ ਜਾਖੜ ਸਾਹਿਬ ਤਾਂ ਆਉਣਗੇ ਹੀ ਆਉਣਗੇ ਕਈ ਕੇਂਦਰੀ ਮੰਤਰੀ ਇਥੇ ਫੇਰੀ ਛੇਰੀ ਪਾਉਣਗੇ ਉਹਨਾਂ ਨੇ ਇਹ ਗੱਲ ਕਹਿਣੀ ਵੀ ਭਾਈ ਸਾਡੇ ਸ਼ੀਤਲ ਅੰਗਰਾਲ ਨੂੰ ਜਿਤਾਓ ਇਹਨਾਂ ਦੀ ਜਿੱਤ ਤੁਹਾਡੀ ਆਪਣੀ ਜਿੱਤ ਹੋਵੇਗੀ ਤੇ ਇਹਨਾਂ ਨੇ ਹੀ ਤੁਹਾਡਾ ਅਸਲ ਅਰਥਾਂ ਦੇ ਵਿੱਚ ਵਿਕਾਸ ਕਰਕੇ ਦਿਖਾਉਣਾ ਹੁਣ ਉਸ ਤੋਂ ਅਗਲੀ ਗੱਲ ਕਰ ਲੋ ਆਮ ਆਦਮੀ ਪਾਰਟੀ ਨੂੰ ਤੇ ਭਾਜਪਾ ਨੂੰ ਟੱਕਰ ਦੇਣ ਵਾਸਤੇ ਕਾਂਗਰਸ ਇਹ ਗੱਲ ਕਹਿੰਦੀ ਆ ਕਿ ਸਾਡੇ ਹੁਣੇ-ਹੁਣੇ ਚਰਨਜੀਤ ਸਿੰਘ ਚੰਨੀ ਜਿੱਤੇ ਆ ਜਲੰਧਰ ਦੇ 9 ਵਿਧਾਨ ਸਭਾ ਹਲਕੇ ਆ ਉਹ ਇਹ ਗੱਲ ਕਹਿੰਦੇ ਵੀ 9 ਦੀਆਂ 9 ਥਾਵਾਂ ਦੇ ਉੱਤੇ ਕਾਂਗਰਸ ਪਹਿਲੇ ਨੰਬਰ ਤੇ ਰਹੀ ਹੈ ਵਿਧਾਨ ਸਭਾ ਦੇ ਵਿੱਚ ਤੇ ਜਿਹੜਾ ਇਹ ਜਲੰਧਰ ਪੱਛਮੀ ਵਾਲੀ ਸੀਟ ਆ ਇੱਥੇ ਕਾਂਗਰਸ ਪਹਿਲੇ ਨੰਬਰ ਤੇ ਭਾਜਪਾ ਦੂਜੇ ਨੰਬਰ ਦੇ ਉੱਤੇ ਤੇ ਆਮ ਆਦਮੀ ਪਾਰਟੀ ਤੀਜੇ ਨੰਬਰ ਦੇ ਉੱਤੇ ਰਹੀ ਆ ਪਰ ਵੀ ਨਹੀਂ ਅੱਪੀ ਭਾਈ ਹੁਣ ਬਣਦਾ ਕੀ ਆ ਪਰ ਉਦਾਂ ਪੰਜਾਬ ਦੇ ਲੋਕਾਂ ਨੂੰ ਤੇ ਖਾਸ ਕਰਕੇ ਜਲੰਧਰ ਦੇ ਲੋਕਾਂ ਨੂੰ ਇੱਕ ਬੇਨਤੀ ਆ ਭਾਈ ਚੰਗਾ ਚੁਣਿਓ ਜੀਨੂੰ ਮਰਜ਼ੀ ਚੁਣਿਓ ਤੁਹਾਡੀ ਮਰਜ਼ੀ ਆ ਇਹ ਜਿਹੜੀ ਸੀਟ ਆ ਇਹ ਵੱਖ-ਵੱਖ ਭਾਈਚਾਰਿਆਂ ਦੇ ਵਿੱਚ ਵੰਡੀ ਹੋਈ ਆ ਹਾਲਾਂਕਿ ਸਾਨੂੰ ਤਾਂ ਇਹ ਲੱਗਦਾ ਜੀ ਕਿ ਭਾਈਚਾਰਾ ਇੱਕ ਹੀ ਆ ਇਨਸਾਨੀਅਤ ਦੀ ਪਾਠ ਪੜ੍ਹਨਾ ਚਾਹੀਦਾ ਗੱਲ ਕਰਨੀ ਚਾਹੀਦੀ ਆ ਪਰ ਇੱਥੇ ਭਾਈਚਾਰੇ ਦੀ ਵੰਡ ਬਹੁਤ ਵੱਡੇ ਪੱਧਰ ਤੇ ਆ। ਇੱਥੇ ਵੀ ਆਹ ਭਾਈਚਾਰੇ ਦੀ ਵੋਟ ਦੀ ਕਟ ਇਹਨੇ ਕਰਤੀ ਹੈ ਦੀ ਵੋਟ ਦੀ ਕਟ ਇਹਨੇ ਕਰਤੀ ਆਹ ਭਾਈਚਾਰੇ ਨਾਲ ਆਹ ਭਾਈਚਾਰੇ ਨੂੰ ਲੱਗਦੀ ਆ ਕੁਝ ਇਸ ਤਰੀਕੇ ਨਾਲ ਸਿਨੈਰੀਓ ਵੀ ਹੈਗਾ। ਸੋ ਇਹਨੇ ਭਾਈ ਬਣਦਾ ਕੀ ਆ ਪਰ ਇਹ ਆ ਵੀ ਜਲੰਧਰ ਵਾਲੀ ਇਸ ਚੋਣ ਨੇ ਪਰਖ ਕਰਉਣੀ ਆ ਵੀ ਸੱਚੀ ਮੁੱਚੀ ਕੌਣ ਕਿੰਨੇ ਕੁ ਜੋਗਾ ਹੈ। ਕੌਣ ਕੁਝ ਕਰ ਸਕਦਾ ਹੈ ਜਾਂ ਫਿਰ ਕਿਹੜਾ ਹੀ ਪਾਣੀ ਵਾਲੀਆ ਬੜਕਾ ਮਾਰਦਾ ਤੇ ਬਿਨਾ ਪਾਣੀ ਤੋਂ ਜਰਾਬਾਂ ਲਈ ਬੈਠਾ। ਪਰ ਇਹ ਗੱਲ ਜ਼ਰੂਰ ਆ ਵੀ ਦਲ ਬਦਲੂ ਪਹਿਲਾਂ ਵੀ ਹੁੰਦੇ ਸਨ ਦਲ ਬਦਲੂ ਅੱਜ ਵੀ ਆ। ਦਲ ਬਦਲੂ ਇੱਥੇ ਆ ਕੇ ਪ੍ਰਚਾਰ ਕਰਨਗੇ ਕਿ ਭਾਈ ਪਾਰਟੀ ਦੇ ਵਰਕਰਾਂ ਨੂੰ ਕੈਡਰ ਨੂੰ ਪਾਰਟੀ ਨਹੀਂ ਬਦਲਣੀ ਚਾਹੀਦੀ ਪਰ ਆਪ ਉਹ ਬਦਲ ਕੇ ਆਏ ਹੋਣਗੇ ਸੋ ਦੇਖਦੇ ਭਾਈ ਇਸ ਚੋਣ ਦੇ ਵਿੱਚੋਂ ਆਉਂਦੇ ਸਮੇਂ ਦੇ ਵਿੱਚ ਨਿਕਲਦਾ ਕੀ ਆ ਜਿਹੜੀ ਇੱਕ ਹੋਰ ਖਬਰ ਆ ਉਹ ਹੈਗੀ ਜੀ ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਰਨੇ ਨੇਤਾ ਸੀਨੀਅਰ ਕਾਂਗਰਸੀ ਆਗੂ ਆ ਉਹਨਾਂ ਨਾਲ ਸੰਬੰਧਿਤ ਉਹਨਾਂ ਨੇ ਇਹ ਗੱਲ ਕਹਿਤੀ ਦੋ ਦਿਨ ਪਹਿਲਾਂ ਕਹਿੰਦੇ ਜੀ ਕਿ ਆਮ ਆਦਮੀ ਪਾਰਟੀ ਦੇ 45 ਦੇ ਕਰੀਬ ਵਿਧਾਇਕ ਆ ਜਿਹੜੇ ਉਹ ਭਾਜਪਾ ਦੇ ਸੰਪਰਕ ਦੇ ਵਿੱਚ ਹੀ ਆ ਕਿਸੇ ਵੀ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਗੋਵਿੰਟ ਗੋਨ ਹੋ ਸਕਦੀ ਹੈ ਜਾ ਸਕਦੀ ਆ ਉਹਨਾਂ ਨੇ ਇਹ ਗੱਲ ਅੰਦਾਜ਼ੇ ਨੂੰ ਮਾ ਕਹੀ ਉਹਨਾਂ ਨੇ ਇਹ ਗੱਲ ਕੋਈ ਸਿਆਸੀ ਸੋਚਦਾ ਹੈ ਤੇ ਕਹੀ ਜਾਂ ਉਹਨਾਂ ਨੂੰ ਕੋਈ ਅੰਦਰਲੀ ਗੱਲ ਦੀ ਜਾਣਕਾਰੀ ਮਿਲੀ ਹੈ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਂ ਇਹ ਗੱਲ ਸੱਚੀ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਇਸ ਵੇਲੇ ਅਸੰਤੁਸ਼ਟ ਹੈ ਉਹ ਕਹਿੰਦੇ ਵੀ ਸਾਡੀ ਪੇਸ਼ ਕੋਈ ਨਹੀਂ ਚੱਲਦੀ ਸਾਡੀ ਤਾਂ ਕੋਈ ਕਦਰ ਸਰਪੰਚ ਜੀ ਨਹੀਂ ਨਹੀਂ ਕਰਦਾ ਸਰਪੰਚ ਦੀ ਟਰਾਲੀ ਵਰਗੇ ਬਣੇ ਪਏ ਆ ਕਦੇ ਕੋਈ ਕਿਨੂੰ ਪਾ ਕੇ ਲੈ ਜਾਂਦਾ ਜਿਵੇਂ ਸਰਪੰਚ ਦੀ ਟਰਾਲੀ ਨੂੰ ਸਾਰੇ ਈ ਧੂਈ ਫਿਰਦੇ ਹੁੰਦੇ ਆ ਉਹ ਕਹਿੰਦੇ ਸਾਡੀ ਹੁਣ ਧੂਆਕੜੀ ਸੀ ਆ ਪੜ ਪੱਲੇ ਕੁਝ ਨਹੀਂ ਪੈਂਦਾ ਕਾ ਕੰਮ ਕਾਜ ਕਰਨ ਦਾ ਮੌਕਾ ਵੀ ਨਹੀਂ ਮਿਲਦਾ ਸਾਡੀ ਤਾਂ ਥਾਣੇ 'ਚ ਨਹੀਂ ਕੋਈ ਸੁਣਦਾ ਕਾ ਹੁਣ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਘੁਰਕੀ ਮਾਰੀ ਹੈ ਅਧਿਕਾਰੀਆਂ ਨੂੰ ਵੀ ਭਾਈ ਪੁੱਛਗਿਸ਼ ਕਰਿਆ ਕਰੋ ਪਰ ਉਹ ਕਹਿੰਦੇ ਵੀ ਗੱਲ ਬਣਦੀ ਨਹੀਂ ਹੁਣ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਜਿਹੜੀ ਗੱਲ ਕਹੀ ਆ ਇਹਦੇ ਉੱਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਹੋਰਾਂ ਨੇ ਤਿੱਖੀ ਟਿੱਪਣੀ ਕੀਤੀ ਆ ਉਹ ਕਹਿੰਦੇ ਬਾਜਵਾ ਸਾਹਿਬ ਅੰਦਰ ਖਾਤੇ ਬੀਜੇਪੀ ਦੀਆਂ ਕਿੰਨੇ ਖਬਰਾਂ ਰੱਖਦੇ ਆ ਉਹ ਕਹਿੰਦੇ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਭਾਈ ਸਾਡੇ ਸੰਪਰਕ ਦੇ ਵਿੱਚ ਆਮ ਆਰਮੀ ਪਾਰਟੀ ਦੇ ਕਈ ਵਿਧਾਇਕ ਕਿਸੇ ਵੀ ਵੇਲੇ ਕੁਝ ਵੀ ਹੋ ਸਕਦਾ ਹੁਣ ਇਹ ਕਾਂਗਰਸ ਦੇ ਵਿੱਚ ਹੁੰਦੇ ਹੋਏ ਕਹਿ ਰਹੇ ਜੀ ਕਿ ਬੀਜੇਪੀ ਦੇ ਸੰਪਰਕ ਦੇ ਵਿੱਚ ਹਨ 45 ਨੇਤਾ 45 ਵਿਧਾਇਕ ਇਹਨਾਂ ਦੇ ਕੋਲੇ ਕਾਂਗਰਸ ਦੇ ਵਿੱਚ ਰਹਿੰਦੇ ਆ ਇਸ ਦੀ ਜਾਣਕਾਰੀ ਕਿਵੇਂ ਹੋ ਸਕਦੀ ਆ ਉਹ ਕਹਿੰਦੇ ਜੀ ਇਹ ਹੈਗੇ ਕਾਂਗਰਸ ਦੇ ਵਿੱਚ ਨਹੀਂ ਪਰ ਢਿੱਡੋਂ ਬੀਜੇਪੀ ਵਾਲੇ ਨੇ ਕਿਉਂਕਿ ਜੇਕਰ ਘਰ ਦੀਆਂ 12 13 ਪੌੜੀਆਂ ਚੜ ਲੈਣ ਤਾਂ ਇਹ ਬੀਜੇਪੀ 'ਚ ਦਾਖਲ ਹੋ ਜਾਣਗੇ ਘਰ ਦੇ ਵਿੱਚ ਹੀ ਭਰਾ ਫਤੇਜੰਗ ਸਿੰਘ ਬਾਜਵਾ ਬੀਜੇਪੀ ਦੇ ਵਿੱਚ ਆ ਇਹ ਕਾਂਗਰਸ ਦੇ ਵਿੱਚ ਆ ਪਰ ਅੰਦਰ ਖਾਤੇ ਇਹਨਾਂ ਦੀ ਬੀਜੇਪੀ ਦੇ ਨਾਲ ਕਿੰਨੀ ਸਾਂਝ ਆ ਕਿ ਇਹਨਾਂ ਨੂੰ ਇਹ ਵੀ ਪਤਾ ਲੱਗ ਜਾਂਦਾ ਕਿ ਭਾਈ 45 ਵਿਧਾਇਕ ਉਧਰ ਆ ਤੇ ਇਧਰ ਇੰਨਾ ਹੋਇਆ ਪਿਆ ਉਹ ਕਹਿੰਦੇ ਵੀ ਇੱਥੋਂ ਨਾਲ ਇਹ ਪਤਾ ਲੱਗਦਾ ਉਹ ਕਹਿੰਦੇ ਜੀ ਇਸ ਦਾ ਕਾਂਗਰਸ ਹਾਈ ਕਮਾਂਡ ਤੱਕ ਵੀ ਸੁਨੇਹਾ ਭੇਜਾਂਗੇ ਕਿ ਇਹਨਾਂ ਤੋਂ ਬਚ ਕੇ ਰਹੋ ਜਿਹਨਾਂ ਦੀ ਬੀਜੇਪੀ ਨਾਲ ਬਹੁਤ ਸਾਂਝ ਆ ਫਿਰ ਉਹ ਗੱਲ ਕਹਿੰਦੇ ਵੀ ਕਾਂਗਰਸ ਇਹ ਵੀ ਗੱਲ ਕਹਿੰਦੀ ਆ ਕਿ ਬੀਜੇਪੀ ਨੇ ਸਮੇਂ-ਸਮੇਂ ਦੇ ਉੱਤੇ ਸੰਵਿਧਾਨਕ ਕਦਰਾਂ-ਕੀਮਤਾਂ ਦੀ ਉਲੰਘਣਾ ਕੀਤੀ ਆ ਸੰਵਿਧਾਨ ਦੇ ਮੁਤਾਬਕ ਚੁਣੀਆਂ ਗਈਆਂ ਸਰਕਾਰਾਂ ਦਾ ਘਾਣ ਕੀਤਾ ਤੋੜ ਕੇ ਤੇ ਹੁਣ ਕਹੀ ਜਾਂਦੇ ਵੀ ਭਾਈ 45 ਵਿਧਾਇਕ ਉਧਰ ਆ ਤੇ ਫਿਰ ਇਹਨਾਂ ਦੀ ਗੱਲ ਪਹਿਲੀ ਤੇ ਯਕੀਨ ਕਰਕੇ ਕਿ ਦੂਜੀ ਤੇ ਕਰਗੇ ਪਰ ਵੀ ਇਹਨੇ ਭਾਈ ਬਣਦਾ ਕੀ ਆ ਪਰ ਮੈਨੂੰ ਲੱਗਦਾ ਵੀ ਇਹ ਹਾਲੇ ਤੱਕ ਤਾਂ ਇੱਕ ਪਰਡਲ ਹੋਊਗਾ ਵੀ ਭਾਈ ਇੰਨੇ ਵਿਧਾਇਕ ਉਧਰ ਆ ਤੇ ਇੰਨੇ ਵਿਧਾਇਕ ਇਧਰ ਆ ਸੋ ਸਮੇਂ ਨੇ ਸਾਰੀ ਕਹਾਣੀ ਬਿਆਨ ਕਰ ਲੈਣੀ ਆ ਵੀ ਭਾਈ ਬਣਦਾ ਕੀ ਆ ਪੰਜਾਬ ਦੇ ਵਿੱਚ ਹੁੰਦਾ ਕੀ ਆ ਉਦਾਂ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਖਬਰਾਂ ਚੱਲਦੀਆਂ ਕਿ ਭਾਈ ਇਹਦੀ ਕਾਰਗੁਜ਼ਾਰੀ ਤੋਂ ਆ ਨਹੀਂ ਖੁਸ਼ ਤੇ ਇਹਨੂੰ ਬਦਲਿਆ ਜਾ ਸਕਦਾ ਤੇ ਉਹਨੂੰ ਬਦਲਿਆ ਜਾ ਸਕਦਾ ਪਰ ਇਹ ਹਵਾ ਦੇ ਵਿੱਚ ਡਾਂਗਾ ਹੀ ਸਾਬਤ ਹੁੰਦੀਆਂ ਨੇ ਜਾਂ ਫਿਰ ਪ੍ਰੈਕਟੀਕਲ ਤੌਰ ਦੇ ਉੱਤੇ ਕੁਝ ਬਣਦਾ ਜਾਂ ਕੋਈ ਯਕੀਨ ਕਰਨ ਵਾਲੀ ਗੱਲ ਬਣਦੀ ਵੀ ਆ ਇਸ ਸਮੇਂ ਨੇ ਜਿਹੜੀ ਉਹ ਕਹਾਣੀ ਸਾਰੀ ਤੈਅ ਕਰਨੀ ਆ ਪਰ ਇੱਕ ਜਾਣਕਾਰੀ ਹੋਰ ਦੇ ਦਿੱਤੀ ਕਿ ਵੀ ਲੰਘੇ ਕੱਲ ਭਾਰਤ ਦੇ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹੀ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਕੋਲ ਦੀ ਲੰਘਣ ਲੱਗੇ ਤਾਂ ਰਾਹੁਲ ਗਾਂਧੀ ਨੇ ਸੰਵਿਧਾਨ ਦੀ ਕਾਪੀ ਉਹਨਾਂ ਨੂੰ ਦਿਖਾ ਕੇ ਤੇ ਫਿਰ ਨਮਸਕਾਰ ਕੀਤੀ ਨਮਸਤੇ ਕਹੀ ਆ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਆ ਮੋਦੀ ਸਾਹਿਬ ਨੇ ਉਹ ਕਹਿੰਦੇ ਜੀ ਡਰਾਮੇ ਬਾਜ਼ੀਆਂ ਤੇ ਕਲਾਬਾਜ਼ੀਆਂ ਦੇ ਨਾਲ ਕੁਝ ਨਹੀਂ ਹੁੰਦਾਗਾ ਇਸ ਵੇਲੇ ਸਿਰ ਜੋੜ ਕੇ ਦੇਸ਼ ਦੇ ਵਿਕਾਸ ਦਾ ਕੰਮ ਕਰਨਾ ਚਾਹੀਦਾ ਵੈਸੇ ਮੈਨੂੰ ਚੰਗੀ ਗੱਲ ਲੱਗੀ ਪ੍ਰਧਾਨ ਮੰਤਰੀ ਸਾਹਿਬ ਹੁਣ ਇਹ ਵੀ ਗੱਲ ਕਹਿੰਦੇ ਆ ਕਿ ਇਕੱਲਾ ਕੋਈ ਕੁਝ ਨਹੀਂ ਹੁੰਦਾ ਸਭ ਦਾ ਸਾਥ ਹੋਣਾ ਚਾਹੀਏ ਸਭ ਕੋ ਮਿਲ ਕੇ ਚੱਲਣਾ ਚਾਹੀਏ ਮੇਰਾ ਖਿਆਲ ਆ ਵੀ ਇਹ ਗੱਲਾਂ ਤਾਂ ਪੈਦਾ ਹੋਣ ਲੱਗੀਆਂ ਕਿਉਂਕਿ ਹੁਣ ਕੱਲਿਆਂ ਦੀ ਸਰਕਾਰ ਨਹੀਂ ਆ ਬਗਾਨੇ ਖੰਭਾਂ ਤੇ ਆਪੋੜ ਰਹੇ ਆ ਮੇਰਾ ਖਿਆਲ ਆ ਵੀ ਜੇਕਰ ਕੱਲਿਆਂ ਨੂੰ ਬਹੁਮਤ ਮਿਲਦਾ ਤੇ ਫਿਰ ਆਪਾਂ ਨੂੰ ਇੰਨੀ ਲੋੜ ਨਹੀਂ ਸੀ ਪੈਣੀ ਇਹ ਗੱਲ ਕਹਿਣ ਦੀ ਕਿ ਭਾਈ ਸਾਨੂੰ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ ਏਕਤਾ ਵਿੱਚ ਅਨੇਕਤਾ ਮੁਠੀ ਬੰਦ ਹੋਣੀ ਚਾਹੀਦੀ ਹੈ ਸਾਨੂੰ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ ਫਿਰ ਸ਼ਾਇਦ ਆਗਲਾ ਨਾ ਹੁੰਦੀਆਂ ਸੋ ਸਮਾਂ ਲਸੂਗਾ ਭਾਈ ਬਣਦਾ ਕੀ ਆ ਪਰ ਇਸ ਵੇਲੇ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਮੈਨੂੰ ਲੱਗਦਾ ਵੀ ਇਸ ਸੈਸ਼ਨ ਦੇ ਵਿੱਚ ਰੌਲਾ ਰੱਪਾ ਪਾਈ ਜਾਣਾ ਸਪੀਕਰ ਦੀ ਚੋਣ ਦੇ ਨਾਂ ਤੇ ਪੈ ਜਾਣਾ ਕਦੇ ਕੁਝ ਹੋ ਜਾਣਾ ਕਦੇ ਕੁਝ ਹੋ ਜਾਣਾ ਪਰ ਇਹ ਵੀ ਰੌਲੇ ਰੱਪੇ ਦੀ ਥਾਂ ਦੇ ਉੱਤੇ ਜੇਕਰ ਕੰਮ ਦੀ ਗੱਲ ਹੋਵੇ ਤਾਂ ਵਧੀਆ ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਮੇਰੀ ਇੱਕ ਨਿੱਜੀ ਤੌਰ ਤੇ ਬੇਨਤੀ ਹੈ ਭਾਵੇਂ 12 ਜਾਣੇ ਹੋਣ ਤੇ ਭਾਵੇਂ 13 ਜਾਣੇ ਹੋਣ ਅੰਦਰ ਉਹ ਸੌਕੇ ਨਾ ਆਇਆ ਕਰਨ ਤੁਸੀਂ ਘਰੇ ਬਹੁਤ ਸੁੱਤੇ ਆ ਉਹ ਉੱਥੇ ਜਾ ਕੇ ਕੰਮ ਦੀ ਗੱਲ ਕਰਿਆ ਕਰਨ ਤੁਸੀਂ ਘਰੇ ਬੈਠ ਕੇ ਬਹੁਤ ਚੁੱਪ ਕੀਤੇ ਆ ਤੁਸੀਂ ਓਵੇਂ ਜੇ ਬੋਲਿਓ ਜਿਵੇਂ ਰੈਲੀਆਂ ਚ ਬੋਲਦੇ ਹੁੰਦੇ ਸੀ ਤੁਹਾਡੇ ਪ੍ਰਤੀ ਸਾਡੀ ਸੋਚ ਹੋਰ ਬਣੀ ਆ ਵੀ ਤੁਸੀਂ ਕੁਝ ਕਰਕੇ ਦਿਖਾਓਗੇ ਇਹ ਨਾ ਹੋਵੇ ਸੁੱਚੇ ਨੂੰ ਮੁੜ ਆਇਆ ਕਰੋ ਤੇ ਕੰਟਿਨ ਤੇ ਪੀ ਕੇ ਕੌਫੀ ਤੇ ਖਾ ਕੇ ਡੋਸਾ ਤੇ ਖਾ ਕੇ ਮਨਚੂਰੀਅਨ ਤੇ ਆਪ ਜੀ ਘਰ ਨੂੰ ਵੜ ਆਇਆ ਕਰੋ ਪੱਤੇ ਪੁੱਤੇ ਲੈ ਕੇ ਤੇ ਉੱਥੇ ਟੌਰ ਦੇ ਨਾਲ ਏਸੀ ਕਮਰੇ ਚ ਬੈਠ ਕੇ ਨਾ ਆਇਓ ਤੁਹਾਡੇ ਤੋਂ ਲੋਕਾਂ ਨੂੰ ਆਸਾ ਨਹੀਂ ਤੁਸੀਂ ਇੱਕ ਇੱਕ ਦਿਨ ਦੇ ਵਿੱਚ ਤਿੰਨ ਤਿੰਨ ਦਰਜਨ ਪਿੰਡ ਗਾਉਂਦੇ ਰਹੇ ਹੋ ਆਪਦੀ ਲੋਡ ਨੂੰ ਹੁਣ ਤੁਹਾਡੀ ਲੋਡ ਪੂਰੀ ਹੋ ਗਈ ਆ ਹੁਣ ਪੰਜਾਬ ਦੀ ਲੋਡ ਸ਼ੁਰੂ ਹੋ ਗਈ ਆ ਤੁਸੀਂ ਅੰਦਰ ਜਾ ਕੇ ਬੋਲਿਓ ਜ਼ਰੂਰ ਨਹੀਂ ਤਾਂ ਕਿਸੇ ਦਾ ਮੋਢਾ ਕਿਸੇ ਦਾ ਗੋਡਾ ਕਿਸੇ ਦਾ ਸਿਰ ਕੁਛ ਨਾ ਕੁਛ ਦੁਖਦਾ ਰਹਿੰਦਾ ਹੁੰਦਾ ਫਿਰ ਅਖੀਰ ਦੇ ਉੱਤੇ ਇੱਕ ਸਰਵੇ ਆਉਂਦਾ ਹੁੰਦਾ ਫਲਾਣੇ ਦੀ ਹਾਜ਼ਰੀ 72% ਰਹੀ ਫਲਾਣੇ ਦੀ ਹਾਜ਼ਰੀ 25% ਰਹੀ ਐਤਕੀ 100% ਕਰ ਲਿਓ ਚਲੋ 100 ਨਾ ਹੋਵੇ ਬੰਦਾ ਬਿਮਾਰ ਸ਼ਮਾਰ ਵੀ ਹੁੰਦਾ 90 80 ਤਾਂ ਰੱਖਿਓ ਰੱਖਿਓ ਇਹ ਨਾ ਹੋਵੇ ਵੀ ਭਾਈ ਉੱਥੇ ਜਾਣ ਵੇਲੇ ਕੁਝ ਹੋਰ ਸੀ ਤੇ ਆਉਣ ਵੇਲੇ ਕੁਝ ਹੋਰ ਹੋ ਪੰਜ ਸਾਲ ਨਿਕਲਦੇ ਟਾਈਮ ਨਹੀਂ ਲੱਗਣਾ ਤੇ ਲੋਕਾਂ ਨੇ ਮੂੰਹ ਨਹੀਂ ਲਾਉਣਾ ਜਿਵੇਂ ਸੰਨੀ ਦੇਵਾਲ ਦੇ ਪੋਸਟਰ ਲੱਗਦੇ ਸੀ ਤੇ ਲਹਨਤਾ ਪੈਨਗਾ ਸੀ ਇਵੇਂ ਨਾ ਖਟਿਓ ਕੰਮ ਕਰਕੇ ਦਿਖਾਓ ਹੱਥ ਜੋੜ ਕੇ ਬੇਨਤੀ ਆ ਖਬਰਾਂ ਦੋਸਤੋ ਕਈ ਹੋਰ ਵੀ ਸੰਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ